ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਸਾਹਿਬ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਸਨ। ਇਹ ਉਹ ਮਹਾਨ ਸ਼ਖਸੀਅਤ ਸਨ ਜਿਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲਗਾਤਾਰ 27 ਸਾਲ ਪ੍ਰਧਾਨਗੀ ਵਜੋਂ ਸੇਵਾ ਕੀਤੀ। ਅੱਜ ਗੁਰਚਰਨ ਸਿੰਘ ਟੌਹੜਾ ਦੇ ਜੱਦੀ ਪਿੰਡ ਵਿਖੇ ਵੱਖ ਵੱਖ ਸਿਆਸੀ ਆਗੂਆਂ, ਧਾਰਮਿਕ ਆਗੂਆਂ ਵੱਲੋਂ ਉਹਨਾਂ ਦੇ ਜਨਮ ਦਿਨ ਮੌਕੇ ਗੁਰੂ ਘਰ ਵਿੱਚ ਨਤਮਸਤਕ ਹੋਏ ਅਤੇ ਵੱਖ ਵੱਖ ਸ਼ਖਸੀਅਤਾਂ ਨੇ ਉਹਨਾਂ ਦੇ ਦੱਸੇ ਹੋਏ ਮਾਰਗ ਤੇ ਚੱਲਣ ਦੀ ਨਸੀਹਤ ਦਿੱਤੀ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ OSD ਚਰਨਜੀਤ ਸਿੰਘ ਬਰਾੜ ਤੋਂ ਇਲਾਵਾ ਹੋਰ ਦੂਰ ਦੁਰਾਡੇ ਤੋਂ ਵੱਖ ਵੱਖ ਸ਼ਖਸੀਅਤਾਂ ਨੇ ਆਪਣੀ ਹਾਜ਼ਰੀ ਭਰੀ। ਆਜ਼ਾਦ TV ਨਿਊਜ਼ ਦੇ ਲਈ ਨਾਭਾ ਤੋਂ SK ਸ਼ਰਮਾ ਦੀ ਰਿਪੋਰਟ। ਸਿੱਖ ਪੰਥ ਸ਼੍ਰੋਮਣੀ ਅਕਾਲੀ ਦਲ ਅੱਜ ਦੇ ਦਿਹਾੜੇ 'ਤੇ ਉਹਨਾਂ ਨੂੰ ਯਾਦ ਕਰ ਰਿਹਾ ਹੈ ਅਤੇ ਮੈਂ ਇੱਕ ਗੱਲ ਕਹੂੰਗਾ ਕਿ ਜਿੰਨੀ ਵੀ ਭਾਵੇਂ ਸ਼੍ਰੋਮਣੀ ਅਕਾਲੀ ਦਲ ਦੀ ਨੌਜਵਾਨ ਪੀੜ੍ਹੀ ਹੈ ਜਾਂ ਲੀਡਰ ਸਾਹਿਬਾਨ ਨੇ ਜਾਂ ਜਿੰਨੇ ਵੀ ਉਹਨਾਂ ਨੂੰ ਚਾਹੁਣ ਵਾਲੇ ਲੋਕ ਨੇ, ਕਿਰਪਾ ਕਰਕੇ ਉਹਨਾਂ ਦੀ ਜੀਵਨੀ ਬਾਰੇ ਜ਼ਰੂਰ ਪੜ੍ਹਨ। ਗੁਰੂ ਮਹਾਰਾਜ ਦਾ ਹਮੇਸ਼ਾ ਓਟ ਆਸਰਾ ਲੈ ਕੇ ਉਹਨਾਂ ਨੇ ਆਪਣੇ ਸਿਧਾਂਤਾਂ ਤੋਂ ਕਦੇ ਥਿੜਕੇ ਨਹੀਂ ਹੈ। ਕਦੇ ਵੀ ਕੋਈ ਪ੍ਰੀਖਿਆ ਦੀ ਘੜੀ ਆਈ, ਭਾਵੇਂ ਕਿੰਨੀ ਵੀ ਵੱਡੀ ਸਰਕਾਰ ਨਾਲ ਮਤਲਬ ਲੜਨ ਨਾਲ ਸ਼ੁਰੂ ਕੀਤਾ, ਤਾਂ ਕਦੇ ਕਿਸੇ 'ਚ ਮਾਰ ਨਹੀਂ ਖਾਧੀ। ਸਿੱਖ ਮਾਣ ਦੀ ਬਹੁਤ ਵੱਡੀ ਹਸਤੀ ਹੋਏ ਨੇ ਔਰ ਜਿਨ੍ਹਾਂ ਨੇ ਇੱਕ ਆਮ ਸਧਾਰਨ ਘਰ ਤੋਂ ਪੈਦਾ ਹੋ ਕੇ ਬਹੁਤ ਉੱਚੇ ਰੁਤਬੇ 'ਤੇ ਪਹੁੰਚੇ, ਆਪਣੀ ਮਿਹਨਤ ਸਦਕਾ, ਆਪਣੀ ਯੋਗਤਾ ਸਦਕਾ, ਔਰ ਮੈਂ ਸਮਝਦਾ ਉਹਨਾਂ ਨੇ ਜੋ ਸਿੱਖ ਕੌਮ ਦੇ ਵਿੱਚ ਬਹੁਤ ਵੱਡਾ ਕੰਮ ਕੀਤਾ, ਉਹਨਾਂ ਦਾ ਭੁਲਾਇਆ ਅੱਜ ਨਹੀਂ ਜਾ ਸਕਦਾ। ਇੰਨੇ ਸਿਆਣੇ, ਸੂਝਵਾਨ, ਹਰ ਵਰਕਰ ਨੂੰ ਪਿਆਰ ਕਰਨ ਵਾਲੇ ਜਿਹੜੇ ਸੀ ਉਹ ਲੀਡਰ ਸੀ, ਸੋ ਉਹਨਾਂ ਦੀਆਂ ਯਾਦਾਂ ਹਮੇਸ਼ਾ ਸਾਡੇ ਮਨਾਂ ਦੇ ਉੱਕਰੀਆਂ ਰਹਿਣਗੀਆਂ। ਪ੍ਰਧਾਨ ਸਾਹਿਬ, ਜਿਹੜਾ ਗੁਰਦਾਸ ਮਾਨ ਵੱਲੋਂ ਕੈਨੇਡਾ ਦੇ ਵਿੱਚ ਸ਼ਬਦ ਬੋਲੇ ਗਏ ਨੇ ਪੰਜਾਬੀ ਅਤੇ ਵੱਲੋਂ ਭਾਈ ਭਾਗੋ ਪ੍ਰਤੀ ਜਿਹੜਾ ਬੋਲਿਆ ਗਿਆ, ਉਹਨੇ ਮਾਫੀ ਮੰਗੀ ਗਈ ਹੈ, ਕੀ ਕਰੇ ਸਿੱਖੋ? ਦੇਖੋ, ਜਿੱਥੋਂ ਤਾਂ ਮੂਸੇਵਾਲਾ ਦਾ ਪ੍ਰੋਗਰਾਮ ਹੈ, ਉਹ ਤਾਂ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਕੇਸ ਵੀ ਕੀਤਾ ਉਹਦੇ ਉੱਤੇ, ਅਤੇ ਬਾਕੀ ਜਿਹੜਾ ਮੰਤ ਨੇ ਕਿਹਾ ਗਾ, ਮਾਨ ਸਾਹਿਬ ਨੇ ਜਿਹੜੀ ਗੱਲ ਕੀਤੀ ਹੈ ਪੰਜਾਬੀ ਦੇ ਵਿਰੁੱਧ, ਪੰਜਾਬੀ ਸਾਡੀ ਮਾਂ ਬੋਲੀ ਹੈ ਔਰ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ, ਜਿਹੜੇ ਇਹਨਾਂ ਨੇ ਪੰਜਾਬੀ ਨੇ ਉਹਨੂੰ ਪ੍ਰਮੋਟ ਕੀਤਾ, ਪੰਜਾਬੀ ਬੋਲੀ ਕਰਕੇ ਅੱਜ ਉਹਦਾ ਨਾਮ ਬਣਿਆ। ਸੋ ਮੈਂ ਬੜੀ ਅਫਸੋਸ ਦੀ ਗੱਲ ਹੈ ਕਿ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ।